ਦੀ ਦੁਨੀਆ ਦੇ ਦੋਸਤੋ ਅਸਲਾਮ ਅਲੈਕੁਮ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਜਨਾਬ ਸਟਾਰ ਸਟੂਡੀਓ ਜੋਰਾਬਾਦ ਦੇ ਚੈਨਲ ਜਿਹੜੇ ਜਨਾਬ ਤੁਸੀਂ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਬੜੀ ਬੜੀ ਤੁਹਾਡੀ ਮਿਹਰਬਾਨੀ ਜਨਾਬ ਇਹ ਤੁਹਾਡੇ ਸਾਹਮਣੇ ਆਪਣੇ ਜਾਣ ਪਹਿਚਾਣੀ ਸ਼ਖਸੀਅਤ ਜਨਾਬ ਮੁਸ਼ਤਾਕ ਰਾਣਾ ਸਾਹਿਬ ਇਹਨਾਂ ਦੀ ਤਬੀਅਤ ਥੋੜ੍ਹੀ ਨਾਸਾਜ਼ ਇਹਨਾਂ ਵਾਸਤੇ ਦੁਆ ਵੀ ਕਰੇ ਸੋ ਅੱਲਾ ਪਾਕ ਇਹਨਾਂ ਨੂੰ ਸਿਹਤ ਦੇਵੇ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਜਨਾਬ ਸੁਣ ਵਾਲਿਆਂ ਦੀ ਖਿਦਮਤ ਅਸਲਾਮ ਅਲੈਕੁਮ ਸਟੇਸ਼ਨ ਚੌਕ ਜਨਾਬ ਮੀਆਂ ਵਾਲੀ ਲਾਲਾ ਦਰਬਾਨ ਖਾਨ ਹਾਜੀ ਸਾਹਿਬ ਸਾਡੇ ਇਹਨਾਂ ਤਲੁਕ 40 ਸਾਲ ਰਹੇ ਔਰ ਇਹਨਾਂ ਦਾ ਲੱਭੋ ਲਹਿਜਾ ਪੂਰੀ ਤੇਜ਼ੀ ਜੇ ਪਹਿਲੇ ਆਏ ਔਰ ਇਹ ਜੇ ਲੋਕ ਸਾਡੇ ਇਸਾਸ ਆਏ ਅੱਛੇ ਲੋਕ ਇਹਨਾਂ ਦਾ ਪਾਕ ਨੂੰ ਸਲਾਮਤ ਰੱਖੇ 45 ਸਾਲ ਇਹਨਾਂ ਲੋਕ ਇਹ ਚੌਕ 'ਤੇ ਔਰ ਗਰੀਬਾਂ ਨਾਲ ਖਸੂਸੀ ਦਾ ਰੇਟ ਹੁੰਦਾ ਔਰ ਸਾਡੇ ਨਾਲ ਅਸਾਂ ਵੀ ਗਰੀਬ ਲੋਕ ਹਾਂ ਅੱਲਾ ਤੁਹਾਨੂੰ ਸਲਾਮਤ ਰੱਖੇ ਜਿਹੜਾ ਵੀ ਦੁਨੀਆ ਵਾਲੀ ਆ ਉਹ ਲਾਲਿਆ ਦਰਬਾਨ ਖਾਨ ਕੋਲ ਲਾਜ਼ਮੀ ਉਹ ਬਰੂ ਖਾਨ ਦੇ ਭਾਈ ਇਨਸ਼ਾਅੱਲਾ ਜਨਾਬ ਤੁਸੀਂ ਅਨ ਕਰੀਬ ਸਾਡਾ ਨਵਾਂ ਖਾਕਾ ਵੀ ਦੇਖ ਸੋ ਸਟਾਰ ਸਟੂਡੀਓ ਜੋਰਾਬਾਦ ਨੂੰ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੁਹਾਡੇ ਵਾਸਤੇ ਅਸਾਂ ਮਿਹਨਤ ਕਰਕੇ ਵੀਡੀਓ ਬਣਾਉਂਦੇ ਹਾਂ ਅਤੇ ਤੁਹਾਡੇ ਇੱਕ ਸਬਸਕ੍ਰਾਈਬ ਕਰੋ ਨਾਲ ਜਨਾਬ ਸਾਡੀ ਕੋਈ ਰੋਜ਼ੀ ਰੋਟੀ ਬਣ ਜਾਵੇ ਲਾਲੇ ਦਰਬਾਰ ਕੋਲ ਮੈਂ ਆਇਆ ਮੱਕ ਲਾਲਾ ਇਹ ਫਰੂਟ ਕਿੰਨੇ ਲਾਇਆ ਜੀ ਇਹ ਕਿ ਲਾਲਾ ਇੰਝ ਇਹ ਇਤਨਾ ਦਾ ਇਹ ਮੈਂ ਮਿਲ ਵਾਰਾ ਨਹੀਂ ਖਾਂਦਾ ਮੱਕ ਲਾਲ ਤਲਵਾ ਜਿਹੜੇ ਖਾਣ ਉਹ ਕਿਤਨਾ ਹੁੰਦਾ ਹੈ ਉਹ ਕਹਿੰਦੇ ਲਾਲਾ ਕਿ ਇਹ ਤੇਰੇ ਵਾਰੇ ਤਾਂ ਨਹੀਂ ਮੈਂ ਕਿਹਾ ਲਾਲਾ ਜਿਹੜਾ ਉਹ ਤਲੇ ਪੇਟੀ ਪੀ ਕੇ ਇੰਝ ਚਾਹ ਗਏ ਮੈਂ ਵਧੀ ਬਾਲਾ ਬਾਤ ਇੰਝ ਚਾਹ ਖੜਾ ਜੀ ਆਪ ਦੁਆ ਕਰੇ ਜਨਾਬ ਠੀਕ ਹੈ ਭਾਈ ਜਾਨ ਅੱਲਾ ਸਾਡੇ ਮੀਆਂ ਵਾਲੀ ਦੀ ਸਕਾਫਤ ਨਹੀਂ ਜਨਾਬ ਇਹ ਲੋਕ ਹੋ ਗਏ ਸ਼ਫੀ ਪੀੜੇ ਵਾਲਾ ਹੋ ਗਿਆ ਤਮਾਮ ਲੋਕ ਅੱਲਾ ਪਾਕ ਸਲਾਮਤ ਪਾਕਿਸਤਾਨ ਜਿੰਦਾਬਾਦ ਰਾਣਾ ਸਾਹਿਬ ਅੱਲਾ ਤਾਲਾ ਆਪਕੋ ਸਿਹਤ ਤੰਦਰੁਸਤੀ ਅਤਾ ਫਰਮਾਏ ਔਰ ਆਪਕੋ ਖੁਸ਼ੀਆਂ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ ਔਰ ਆਪਕਾ ਸਾਇਆ ਸ਼ਫਕਤ ਆਪਣੇ ਬੱਚੋਂ ਕੇ ਸਿਰੋਂ ਪਰ ਕਾਇਮ ਓ ਦਾਇਮ ਰੱਖੇ ਆਪ ਮੀਆਂ ਵਾਲੀ ਕੀ ਸ਼ਾਨ ਹੈ ਆਨ ਹੈ ਜਾਨ ਹੈ ਅੱਲਾ ਤਾਲਾ ਆਪਕੋ ਕੁਛ ਵੀ ਨਾ ਕਰੇ ਆਪਕੋ ਸਿਹਤ ਤੰਦਰੁਸਤੀ ਅਤਾ ਫਰਮਾਏ ਔਰ ਹਮ ਦੁਆ ਕਰਤੇ ਹੈ ਕਿ ਆਪ ਆਪਣੀ ਜ਼ਿੰਦਗੀ ਐਸੇ ਹੀ ਹੱਸਤੇ ਬਸਤੇ ਔਰ ਲੋਗੋ ਕੇ ਚਿਹਰੋਂ ਪਰ ਮੁਸਕਰਾਹਟੇਂ ਬਖੇਰਤੇ ਹੁਏ ਗੁਜ਼ਾਰ ਜਾਏ ਤਮਾਮ ਦੋਸਤੋਂ ਸੇ ਗੁਜ਼ਾਰਿਸ਼ ਹੈ ਕਿ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇਂ ਵੀਡੀਓ ਕੋ ਲਾਈਕ ਕਰੇਂ ਔਰ ਕਮੈਂਟਸ ਜ਼ਰੂਰ ਕੀਆ ਕਰੇਂ ਔਰ ਆਪਣੀ ਰਾਏ ਕਾ ਇਜ਼ਹਾਰ ਵੀ ਦਿਆ ਕਰੇਂ।